ਅਰਬ ਦੇਸ਼ ਵਿੱਚ ਆਪਣੀਆਂ ਧੀਆਂ ਭੈਣਾਂ ਭੇਜਣ ਤੋਂ ਪਹਿਲਾਂ ਦੋਸਤੋ ਆਹ ਵੀਡੀਓ ਜ਼ਰੂਰ ਦੇਖ ਲਿਓ। ਅਮਾਨ ਦੀ ਇਹ ਵੀਡੀਓ ਹੈ, ਇਹ ਕੁੜੀ ਉੱਤੇ ਫਸੀ ਹੋਈ ਹੈ। ਇਹ ਇੰਨੀ ਜ਼ਿਆਦਾ ਤੰਗ ਹੈ ਕਿ ਕਈ ਵਾਰ ਕੁੜੀ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵੀਡੀਓ 'ਚ ਇਹ ਤਰਲੇ ਮਾਰਦੀ ਹੈ, ਕਹਿੰਦੀ ਹੈ ਕਿ ਮੇਰੀ ਭੈਣ ਪੈਸੇ ਪਾ ਦੇਗੀ, ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਇੱਥੇ ਆ ਕੇ, ਮੈਨੂੰ ਜੋ ਆ ਵਾਪਸ ਇੰਡੀਆ ਭੇਜ ਦਿਉ। ਦੋਸਤੋ ਛੋਟੀ ਉਮਰ ਦੀ ਇਹ ਕੁੜੀ ਹੈ, ਖਾਸ ਕਰਕੇ ਜੋ ਨੌਕਰਾਣੀ ਦਾ ਵੀਜ਼ਾ ਲਵਾ ਕੇ ਘਰਾਂ 'ਚ ਕੰਮ ਕਰਨ ਜਾਂਦੀਆਂ ਨੇ ਪੰਜਾਬੀ ਕੁੜੀਆਂ, ਤਾਂ ਉੱਥੇ ਜਾ ਕੇ ਬੜੀਆਂ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ। ਕੁੜੀ ਦੁਬਾਰਾ ਦੁਬਾਰਾ ਹੱਥ ਜੋੜ ਕੇ ਕਹਿੰਦੀ ਹੈ ਕੁਛ ਵੀ ਕਰ ਲਓ ਮੇਰੀ ਭੈਣ ਪੈਸੇ ਪਾ ਦੇਗੀ ਜਿਹੜਾ ਤੁਹਾਨੂੰ ਚਾਹੀਦੇ ਨੇ, ਪਰ ਮੈਨੂੰ ਇੰਡੀਆ ਭੇਜ ਦਿਉ, ਮੈਂ ਇੱਥੇ ਬਹੁਤ ਜ਼ਿਆਦਾ ਤੰਗ ਹਾਂ। ਦੋਸਤੋ ਮੈਂ ਆਪਣੇ ਹਰੇਕ ਪੰਜਾਬੀ ਭੈਣ ਭਰਾ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਭੈਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਸ ਵਿਚਾਰੀ ਦੀ ਮਦਦ ਹੋ ਸਕੇ। ਬੜੀ ਛੋਟੀ ਜਿਹੀ ਉਮਰ ਦੀ ਹੈ, ਜਿਸ ਤਰ੍ਹਾਂ ਇਹ ਤਰਲੇ ਮਾਰਦੀ ਹੈ ਸੱਚੀ ਇੱਕ ਵਾਰ ਦਿਲ ਕੰਬ ਜਾਂਦਾ। ਜ਼ਰੂਰ ਦੋਸਤੋ ਤੁਸੀਂ ਵੀ ਇਸ ਦੀ ਮਦਦ ਕਰਿਓ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਅਤੇ ਜੇ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਦੀ ਮਦਦ ਕਰ ਸਕਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ।